मेरे बहनों ते भराओ, बुजुर्गो, बच्चियों, नगरवासियों, आज बड़ा खुशी का दिन हैगी। अपने पिंड का बीबा भुआ सरपंच बन गया हैगी, सभी ने सरपंच बनाया हैगा, सभी का धन्यवाद करते हूँ कि आज के बाद अपने पिंड का काम सभी मिनटों में करूंगी। मैं केड़ा लोकां दे झाड़ू पोछे लाउणे, मैं तो लोकां दे भलाई दे काम करूं, भलाई दे काम। मैं भी लो जी कहने की कोशिश करती है कि लो जी होना आपने बता रखे कि आपने पिंड का सरपंच बीबो हुआ। मेरे प्यारे हो, मेरे सराते हो, सराते मतलब सोते हो, हाँ जिंदे रहो। मैं जित गई, तुसी मैंने वोटा पा के कामयाब किया, तोड़िया जेड़िया की कहते पुत्र तू, हाँ कम बना गए रेल, हाँ कम जेड़े कम ने उन्हें कटा के अपना बट। हुण मैं जाने गुरुद्वारे मत्था टेकण, चंगा सत श्री अकाल। आ मेरे पुत्र नाल गल करो। हरे 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 कासे उते सपनी फूके मारता, हरे हरे कासे उपने सपनी फूके मारता, बजो बेनोनी बेबे कल्ला छोटा चारता, बजो बीरोनी बेबे कल्ला छोटा चारता, बोलो शरण राना कोई चाके ले गया, बोली होगी कैंसल। एक बोली हूं तू पारी, ठीक
ਬੋਲੀ ਪਾਈਏ ਤੇ ਬੋਲੀ ਵਾਲੀ ਹੱਥ ਲਾ ਦੀਏ ਕਿਤੇ ਨੱਚਿਆ ਨਾ ਜਾਵੇ ਪਰ ਕੱਢ ਵਾਲੀਏ ਬਹੁਤ ਖੁਸ਼ੀਆਂ ਮਿਲਣੀਆਂ ਤੇ ਚਲੋ ਫਿਰ ਇੱਕ ਮਿੰਟ ਰੁਕ ਜਾ ਸਟੋਪ ਯਾਰ ਸਟੋਪ ਤੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਐਵੇਂ ਥੋੜੀ ਫਿਰਨਾ ਤੈਨੂੰ ਪੱਕਾ ਪਤਾ ਭੂਆ ਦਾ ਘਰ ਇੱਧਰ ਹੀ ਹੈ ਉਹ ਯਾਰ ਮੈਨੂੰ ਸਾਰੇ ਪਿੰਡ ਦਾ ਪਤਾ ਯਾਰ ਤੂੰ ਆ ਜਾ ਮੇਰੇ ਨਾਲ ਚੱਲ ਸਾਡੇ ਪਿੰਡ ਦੀ ਸਰਪੰਚ ਭੂਆ ਓਕੇ 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 ਸਤਿ ਸ੍ਰੀ ਅਕਾਲ ਭੂਆ ਜੀ ਸਤਿ ਸ੍ਰੀ ਅਕਾਲ ਐਂ ਦੱਸ ਵੀ ਕੰਮ ਕੀ ਆ ਕਿੱਦਾਂ ਕਿੱਦਾਂ ਭੂਆ ਨਾ ਮੈਂ ਤੁਹਾਡੇ ਪਿੰਡ ਤੇ ਨਾ ਰਿਸਰਚ ਕਰਨੀ ਮੰਗਦਾ ਤੇ ਮੈਨੂੰ ਨਾ ਤੁਹਾਡੀ ਹੈਲਪ ਚਾਹੀਦੀ ਆ ਹੈਲਪ ਉਹ ਕੀ ਹੁੰਦਾ ਹੈਲਪ ਇੱਕ ਮਿੰਟ ਭੂਆ ਮੈਂ ਦੱਸਦਾ ਤੈਨੂੰ ਮਦਦ ਮੰਗਦਾ ਇਹ ਮਦਦ ਓ ਓਕੇ ਗੁੱਡ 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 ਭੂਆ ਇਹ ਮੈਨੂੰ ਇੰਟੈਲੀਜੈਂਟ ਲੱਗਦਾ ਹੈਗਾ ਕਾਫੀ ਬਹੁਤ ਇੰਟੈਲੀਜੈਂਟ ਆ ਮੈਂ ਸਾਰਾ ਪਿੰਡ ਮੂਹਰੇ ਲਾਈ ਫਿਰਦਾ ਫਿਰ ਤੇਰੀ ਕੀ ਮਦਦ ਕਰੀਏ ਕਿੱਦਾਂ ਭੂਆ ਮੈਨੂੰ ਨਾ ਹੈ ਆਪਣੇ ਰਿਸਰਚ ਲਈ ਨਾ ਕੁਛ ਨਾ ਪਿੰਡ ਦੇ ਫ੍ਰੀ ਮੈਨ ਚਾਹੀਦੇ ਨੇ ਹੈਲਪ ਲਈ ਕੀ ਕਹਿੰਦਾ ਹੈ ਵੱਡੀ ਗੱਲ ਨੀ ਭੂਆ ਚਾਰ ਬੇਲਣ ਮੰਗਦਾ ਪਿੰਡ ਦੇ ਰਾਮੂ ਵੇ ਆਏ ਕਰ ਲੀਲੇ ਉਹਨਾਂ ਨੂੰ ਬੰਦ ਕੇ ਬੁਲਾ ਕੇ ਲੈ ਕੇ ਆ ਅੱਛਾ ਭੂਆ ਮੈਂ ਜਾਂਦੀ ਹੈਗੀ ਭੱਜ ਜਾ ਵੇ ਆ ਜਾ ਅੰਗਰੇਜ਼ਾ ਮੈਂ ਤੈਨੂੰ ਚਾਹ ਪਿਆਉਣੀ ਆ ਕਿੱਦਾਂ ਭੂਆ ਨਾ ਮੈਂ ਗੁੜ ਵਾਲੀ ਚਾਹ ਪੀ ਨਹੀਂ ਮੰਗਦਾ ਮੈਂ ਵੀ ਪੀਣੀ ਆ ਮੈਂ ਬੰਦੇ ਲੈ ਆਂਦੀ ਬੰਦੇ ਲਿਆਂਦੇ ਚੱਲ ਫਿਰ ਆਪਾਂ ਚੱਲਦਾ ਅੰਗਰੇਜ਼ ਕੋਲ ਆ ਗਿਆ ਲੈਂਦੇ ਅੰਗਰੇਜ਼ਾ ਲਿਆਈ ਬੰਦੇ ਇਹ ਸਾਡੇ ਪਿੰਡ ਦਾ ਮੁੰਡਾ ਹੈਗਾ ਖੁਸ਼ੀ ਵਾਟ ਇਜ਼ ਦਿਸ ਖੁਸ਼ੀ ਓਹ ਅੰਗਰੇਜ਼ਾ ਯਾਰ ਸਮਾਇਲ ਸਮਾਇਲ ਸਮਝੀ ਲੋ ਮੈਂ ਸਮਝਾਵਾਂ ਹੈਪੀ ਸਿੰਘ ਹੈਪੀ ਸਿੰਘ ਓਕੇ ਮਿਸਟਰ ਹੈਪੀ ਸਿੰਘ ਗੁੱਡ 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 ਨੇਮ ਗੁੱਡ ਨੇਮ ਇਹ ਭਾਈ ਸਾਡੇ ਪਿੰਡ ਦਾ ਸੁੰਦਰ ਸਿੰਘ ਇਹਨੂੰ ਖੇਤੀ ਬਾਰੇ ਇੰਨੀ ਨੌਲੇਜ ਆ ਬਹੁਤ ਜ਼ਿਆਦਾ ਸੁੰਦਰ ਸਿੰਘ ਜੇ ਸੁੰਦਰ ਸਿੰਘ ਕੀ ਹੁੰਦਾ ਸੁੰਦਰੀ ਕੰਜਰ ਓ ਯਾਰ ਉਹ ਸੋਹਣਾ ਜਾ ਯਾਰ ਸਮਝ ਨਹੀਂ ਆਈ ਨੋ ਯਾਰ ਇਹਨੂੰ ਕਿਵੇਂ ਸਮਝਾਵਾਂ ਮੈਂ ਯਾਰ ਜਿਹੜਾ ਉਹ ਘੈਂਟ ਜਿਹਾ ਹੁੰਦਾ ਸਾਡਾ ਪਿੰਡ ਦਾ ਭਾਈ ਇਹਦਾ ਨਾਮ ਹੈਗਾ ਪੂਰਾ ਇਹਨੂੰ ਟੋਬੇ ਰੂੜੀਆਂ ਦੀ ਬਹੁਤ ਨੌਲੇਜ ਹੈ ਇਹਨੂੰ ਪੂਰਾ ਉਹਨੇ ਅੰਗਰੇਜ਼ਾਂ ਯਾਰ ਉਹ ਕੋਕਾ ਕੋਲਾ ਯਾਰ ਸਮਝ ਨਹੀਂ ਆਇਆ ਲੋ ਲੋ ਯਾਰ ਇੱਕ ਮਿੰਟ ਯਾਰ ਜਿਹੜਾ ਉਹ ਹੁੰਦਾ ਹੈ ਆਪਣਾ ਯਾਰ ਬੱਤੇ ਜਿਹੇ ਨਹੀਂ ਆਉਂਦੇ ਯਾਰ ਜਿਹੜੇ ਰੰਗ ਦੇ ਹਾਂ ਹਾਂ ਯਾਦ ਆ ਗਿਆ ਮਿਸਟਰ ਬ੍ਰਾਊਨ ਸਿੰਘ ਓਕੇ ਗੁੱਡ ਗੁੱਡ ਮਿਸਟਰ ਬ੍ਰਾਊਨ ਸਿੰਘ ਬ੍ਰਾਊਨ ਮਿਸਟਰ ਬ੍ਰਾਊਨ ਓਕੇ ਗੁੱਡ ਔਰ ਬਤਾਓ ਬੂਆ ਮੇਰੇ ਕੋ ਔਰ ਇਸ ਦਾ ਨੇਮ ਕਿਆ ਹੈ ਵੇਗਰਾਜਾ ਇਹ ਸਾਡੇ ਪਿੰਡ ਦਾ ਲੀਲਾ ਇਹਨੂੰ ਡੰਗਰਾਂ ਪਸ਼ੂ ਬਾਰੇ ਬਹੁਤ ਹੋਵੇਗੀ ਨੌਲੇਜ ਲੀਲਾ ਯਾਰ ਉਹ ਹੁੰਦਾ ਜਿਹੜਾ ਰੰਗਾਂ ਦੇ ਨਾਲ ਸਮਝ ਨੀ ਆਇਆ ਯਾਰ ਜਿਹੜਾ ਉਹ ਚ ਕੱਪੜੇ ਧੋਣ ਵਾਲਾ ਨੀ ਹੁੰਦਾ ਯਾਰ ਲਾਜਵਰ ਜਾਂ ਨੀਲਾ ਯਾਰ ਹਾਂ ਯਾਦ ਆ ਗਿਆ
Mr. Blue. Okay, good, 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 Mr. Blue. Okay, good name. ਕਿੱਦਾਂ ਭੂਆ ਮੈਂ ਇਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈਗਾ। ਅੱਛਾ ਲੈ ਤਾਂ ਜਾਈ ਅੰਗਰੇਜ਼ਾ, ਇਹਨਾਂ ਨੂੰ ਦਿਹਾੜੀ ਦੱਪਾ ਦੇ ਦਿਆ ਕਰੀ। ਹਾਂ ਭੂਆ ਮੈਂ ਇਹਨਾਂ ਨੂੰ ਦਿਹਾੜੀ ਬੋਲਦੇ ਨੇ, ਦਿਹਾੜੀ ਮੈਂ ਦੇ ਦੂੰਗਾ ਪੈਸੇ। ਠੀਕ ਹੈ ਚੰਗਾ। ਹਾਂ ਮਿਸਟਰ ਬਰਾਉਨ ਮੇਰਾ ਬੈਗ ਉਠਾ ਲਓ ਔਰ ਤੁਮ ਵੀ ਮੈਂ ਮੇਰੇ ਸਾਥ ਚਲੋ, ਬਹੁਤ ਕੰਮ ਕੇ ਆਦਮੀ ਹੋ। ਆਓ ਆਓ ਸਾਰੇ ਜਣੇ ਆਓ। ਮੈਂ ਆ ਭੂਆ ਜੀਤੂ, ਕੈਲੇ ਸਿਆਣੇ ਦਾ ਮੁੰਡਾ। ਆ ਜਾ ਆ ਜਾ ਆ ਜਾ, ਲੰਘਿਆ ਲੰਘਿਆ। ਹਾਂ ਬੋਲ ਭੂਆ। ਨਾਲ ਤਾਂ ਮੇਰੇ ਸਹੁਰੇ ਪਰਿਵਾਰ ਨੇ ਮੇਰੀ ਕੁੱਟਮਾਰ ਕਰੀ, ਮੇਰਾ ਕੁੱਟ ਕੁੱਟ ਕੇ ਬੁਰਾ ਹਾਲ ਕਰਤਾ, ਤੇ ਨਾਲੇ ਮੇਰੇ ਘਰ ਵਾਲੀ ਰੱਖੜੀ ਮੇਰੇ ਨਾਲ ਨੀ ਤੋਰੀ ਉਹਨਾਂ ਨੇ। ਭੂਆ ਮੈਂ ਤਾਂ ਬਹੁਤ ਦੁਖੀ, ਰੋਟੀ ਪਾਣੀ ਤੋਂ ਮੈਂ ਬਹੁਤ ਤੰਗ ਆ। ਬੇ ਕੀ ਗੱਲ ਹੋ ਗਈ, ਕੋਈ ਪੁੱਠਾ ਸਿੱਧਾ ਸਭ ਤੋਂ ਨਹੀਂ ਬੋਲਦਿਆ ਵੀ ਸਹੁਰੇ ਤੇਰੀ ਇੱਜ਼ਤ ਕਰਦੇ ਕਿ ਨਹੀਂ ਕਰਦੇ? ਭੂਆ ਜੀ ਸਹੁਰੇ ਤਾਂ ਮੇਰੀ ਬਹੁਤ ਇੱਜ਼ਤ ਕਰਦੇ ਆ। ਜਦੋਂ ਮੈਂ ਤੇ ਮੇਰੀ ਘਰ ਵਾਲੀ ਗਏ ਤੇ ਪਹਿਲਾਂ ਮੈਨੂੰ ਮੇਰੀ ਸੱਸ ਮਿਲ ਗਈ। ਆ ਗਈ ਮੇਰੀ ਧੀ, ਆ ਗਿਆ ਮੇਰਾ ਪੁੱਤ, ਹੁਣ ਕੱਢੂ ਪੁੱਤ ਸੇਵਾ ਵਾਲੇ ਸੰਡ। ਹੋਰ ਠੀਕ ਠਾਕ? ਫਿਰ ਸੇਵਾ ਕੀਤੀ? ਭੂਆ ਇਹਦੀ ਸੱਸ ਨੇ ਸੰਡ ਕੱਢ ਕੇ ਚੌਲ ਬਣਾਤਾ। ਭੂਆ ਫੇਰ ਆ ਗਿਆ ਮੇਰਾ ਸਹੁਰਾ। ਲੈ ਆ ਗਿਆ ਮੇਰਾ ਪੁੱਤ, ਆ ਗਈ ਮੇਰੀ ਧੀ। ਲੈ ਮੈਂ ਕੱਢੂ ਹੁਣ ਸੇਵਾ ਵਾਲੇ ਬੱਟ। ਆ ਜਾ ਬਹਿ ਜਾ ਸੇਰਾ, ਲੈ ਬਹਿ ਜਾ, ਆਉਣਾ ਮੈਂ ਇੱਕ ਮਿੰਟ। ਫਿਰ ਸੇਵਾ ਕੀਤੀ? ਸੇਵਾ ਸੁਭਾ ਕਰਨੀ ਸੀ ਭੂਆ, ਪੁਦੀਨੇ ਦੇ ਵੱਟ ਕੱਢ ਕੇ ਬਣਾ ਤਾ ਚਟਨੀ, ਕਹਿੰਦਾ ਧਰ ਲੈ ਰੋਟੀ ਤੇ। ਬੇ ਇਹਨੂੰ ਤਾਂ ਗੱਲ ਕਰ ਲੈਣ ਦੇ, ਵੀ ਤੂੰ ਆਪਦਾ ਕੋਟਾ ਫਿਰੀ ਜਾਂਦਾ। ਮੈਂ ਕੀ ਸਾਗ ਬਣਾਉਂਦੀ ਹੈਗੀ, ਚੱਲ ਦੱਸ ਲੈ ਭਾਈ। ਤੇ ਭੂਆ ਸ਼ਾਮ ਦੇ ਟਾਈਮ ਆ ਗਿਆ ਮੇਰਾ ਸਾਲਾ। ਓਏ ਪਰੌੜਿਆ, ਮੈਂ ਆ ਬੰਦਾ ਪਿੰਡ ਦਾ ਖਾਸ, ਉਹ ਸਾਰਾ ਵਿਹੜਾ ਮੈਨੂੰ ਕਹਿੰਦਾ ਵੀਰਾ ਬਦਮਾਸ਼। ਓ ਪਰੌੜਿਆ ਲਾਏਗਾ ਕੁੱਟ। ਲੈ ਹੁਣ ਹੋਊਗੀ ਸੇਵਾ, ਕੋਈ ਨਾ ਲਾ ਲਾਂਗੇ ਘੁੱਟ। ਬੋਤਲ ਲੈਤੀ ਸੀ ਘੁੱਟ, ਕੀ ਬਚੀਆ, ਲੈ ਲਾ ਲਾ। ਬੇ ਭਾਈ ਸੇਵਾ ਵਾਲੀ ਤਾਂ ਮੈਂ ਗੱਲ ਸੁਣ ਲਈ, ਹੁਣ ਤੂੰ ਪੰਗਾ ਪੈਣ ਵਾਲੀ ਗੱਲ ਸੁਣਾ। ਭੂਆ ਮੇਰੇ ਸਾਲੇ ਦੀ ਘੁੱਟ ਲੱਗੀ ਹੋਈ ਸੀ ਤੇ ਮੇਰੇ ਘਰ ਵਾਲੀ ਨੂੰ ਕਹਿੰਦਾ ਪਾਲੋ ਠੀਕ ਠਾਕ ਹੈ ਭੈਣੇ, ਰੌਣਾ ਕੁੱਟ ਮਾਰ ਤਾਂ ਨੀ ਕਰਦਾ ਤੇਰੀ? ਮੈਨੂੰ ਲੱਗਦਾ ਕੁੱਟ ਮਾਰ ਤਾਂ ਤੇਰੀ ਕਰਦਾ ਹੋਣਾ, ਕਿਤੇ ਤੈਨੂੰ ਡਰਾ ਧਮਕਾ ਕੇ ਤਾਂ ਨੀ ਲਿਆਇਆ ਕੁੜੀਏ? ਭੂਆ ਪੰਗੇ ਤਾਂ ਹੁਣ ਪੈਣਗੇ। ਬੇ ਖੜ ਜਾ, ਹੁਣ ਚੱਲਣਗੇ ਲੜਾਈ ਵਾਲੇ। ਬਸ ਫੇਰ ਕੀ ਸੀ ਭੂਆ, ਉਹ ਕਹਿੰਦਾ ਅਸੀਂ ਓਏ ਅਸੀਂ ਹੁਣ ਤੱਕ ਸਾਰੇ ਪਰੌਣੇ ਕੁੱਟਿਆ, ਤੂੰ ਹੀ ਰਹਿੰਦਾ ਸੀ, ਹੁਣ ਨੀ ਬਚਦਾ। ਅੱਜ ਤਾਂ ਮੇਰੀ ਮੀਟਿੰਗ ਆ ਗਈ ਵੀਡੀਓ ਸਾਹਿਬ ਨਾਲ, ਆਪਾਂ ਚੱਲਾਂਗੇ ਬੁੱਧਵਾਰ ਨੂੰ। ਕੋਈ ਨਾ ਲਿਆਵਾਂਗੇ ਤੇਰਾ ਡੋਲਾ। ਚੰਗਾ ਭੂਆ ਪਰਸੋਂ ਨੂੰ ਬੁੱਧਵਾਰ ਆ, ਯਾਦ ਰੱਖਿਓ, ਮੈਂ ਚੱਲਦਾ। ਚੰਗਾ ਭਾਈ। ਰਾਮੂ ਵੇ ਤੇਰੇ ਫੁੱਫੜ ਨੂੰ ਕਹਿ ਲੀਲੇ ਦੇ ਫੁੱਲ ਨੇ ਅੱਜ, ਨਾਲੇ ਫੁੱਲਾਂ ਤੇ ਜਾ ਆਊ ਫਾਹਾ ਲੈ ਕੇ ਮਰ ਗਿਆ ਸੀਗਾ, ਨਾਲੇ ਦੋ ਬੋਲ ਸਾਂਝੇ ਕਰ ਆਊ। ਉਹ ਮੈਂ ਤਾਂ ਅੱਜ ਹਾਂ ਤੇਰੇ ਇੱਕੇ ਥੂ ਫਿਰ ਗਿਆ, ਥੋੜੀ ਸਿਰ ਡਾਉਣਾ ਮੇਰੀ ਤਾਂ ਅੱਜ। ਉਹ
ਫਿਕਰ ਕਾਹਦੂ ਕਰਦਾ ਭੂਆ? ਮੈਂ ਤੇਰਾ ਪੀਏ, ਮੈਂ ਕੀ ਕੰਮ ਆਊ? ਮੈਂ ਜਾਊ ਫੁੱਲਾਂ ਤੇ ਨਾਲੇ ਦੋ ਬੋਲ ਬੋਲ ਕੇ ਆਊ। ਲਓ ਬਈ ਭਰਾਓ, ਵੱਡਾ ਮਾੜਾ ਹੋਇਆ। ਅੱਜ ਜਿਵੇਂ ਸਰਦਾਰ ਬਿੱਲਾ ਸਿੰਘ ਦਾ ਫੁੱਲ, ਫੁੱਲਾਂ ਤੋਂ ਮੈਨੂੰ ਯਾਦ ਆਇਆ, ਜਿਵੇਂ ਗੁਲਾਬ ਦਾ ਫੁੱਲ, ਗੈਂਦੇ ਦਾ ਫੁੱਲ, ਚਮੇਲੀ ਦਾ ਫੁੱਲ, ਗੋਭੀ ਦਾ ਫੁੱਲ, ਅਤੇ ਮੇਰੀ ਜਿਵੇਂ ਮੈਂ ਪਈਆ ਰਾਣੀ ਦਾ ਫੁੱਲ। ਮੇਰੀ ਮੰਨੋ, ਫੁੱਲਾਂ ਦੀ ਖੇਤੀ ਕਰਿਆ ਕਰੋ, ਫਾਹੇ ਲੈ ਕੇ ਨਾ ਮਰਿਆ ਕਰੋ। ਭੋਲੇ ਯਾਰ, ਤੂੰ ਫੁੱਲਾਂ ਦੀ ਖੇਤੀ ਕਰਦਾ ਸੀ, ਯਾਰ ਫੁੱਲ ਕਿਉਂ ਵਾਤੇ? ਯਾਰ ਮੈਂ ਫੁੱਲਾਂ ਦੀ ਖੇਤੀ ਕਰਕੇ ਪੰਗਾ ਹੀ ਲੈ ਲਿਆ। ਉਹ ਯਾਰ ਮੈਂ ਫੁੱਲ ਲੈ ਕੇ ਮੈਂ ਬਾਜ਼ਾਰ ਵੇਚਣ ਜਾਂਦਾ ਸੀ। ਅੱਛਾ। ਤੇ ਰਾਹ 'ਚ ਕਿਸੇ ਰਿਸ਼ਤੇਦਾਰ ਦਾ ਫੋਨ ਆ ਜਾਂਦਾ ਸੀ। ਅੱਛਾ ਵੀ ਭੋਲਿਆ ਕਿੱਥੇ ਆ? ਲੈ ਮੈਂ ਕਿਹਾ ਮੇਰਾ ਫੁੱਲ ਲੈ ਕੇ ਗਿਆ ਹੋਇਆ, ਪਤੰਦਰ ਅੱਗੋਂ ਮੈਨੂੰ ਲਾਂਭੇ ਦੇਣ ਲੱਗ ਜਾਂਦੇ ਸੀ। ਕਿਵੇਂ? ਕਹਿੰਦੇ ਪਤੰਦਰਾ ਸਾਡੇ ਤੇਰਾ ਬੁੜਾ ਚੜਾਈ ਕਰਕੇ ਤਾਂ ਸਾਨੂੰ ਦੱਸੀ ਨੀ। ਅੱਛਾ ਵੀ ਬੁੜੇ ਦੇ ਫੁੱਲ ਲੈ ਕੇ ਗਿਆ। ਹੋਰ ਫਿਰ ਉਹ ਰੇੜੀ ਵਾਲੇ ਹੋਰ ਅੱਧ ਕਰਦੇ ਤੇ। ਅੱਛਾ ਹਾਂ, ਪਤੰਦਰ ਮੇਰਾ ਨਾਮ ਲੈ ਕੇ ਕਹੇ ਯਾਰ ਭੋਲੇ ਦੇ ਫੁੱਲ ਲੈ ਜਾਓ, ਭੋਲੇ ਦੇ ਫੁੱਲ ਲੈ ਜਾਓ। ਉਹ ਬੜਾ ਬੜਾ ਕੰਮ ਹੁੰਦਾ ਯਾਰ ਇਹ ਤਾਂ। ਲੈ ਹੋਰ ਸੁਣ, ਜਦੋਂ ਮੈਂ ਕਿਸੇ ਟੈਂਪੂ ਵਾਲੇ ਲੈ ਜਾਂਦਾ ਸੀ, ਮੈਂ ਭਾਈ ਫੁੱਲ ਲੈ ਕੇ ਜਾਣੇ ਨੇ। ਅੱਛਾ ਅੱਗੋਂ ਪਤਾ ਅੰਦਰ ਕੀ ਕਹਿੰਦੇ ਤੇ? ਅੱਛਾ ਕੀਰਤਨਪੁਰ ਜਾਣਾ ਕਿ ਹਰਿਦੁਆਰ? ਉਹ ਤੇਰੀ, ਇਹ ਤਾਂ ਯਾਰ ਬੜੀ ਮਾੜੀ ਇਹ ਗੱਲ ਹੋਈ। ਹੋਰ ਮੈਂ ਤਾਂ ਵੀ ਇਹ ਕੰਮ ਤੋਂ ਅੱਕ ਕੇ ਨਾ ਹਾਰ ਕੇ ਫਿਰ ਫੁੱਲ ਸਾਰੀ ਬਾਤੇ। ਚੱਲ ਕੋਈ ਨਾ, ਹੁਣ ਤੂੰ ਫਿਰ ਕਣਕ ਕੇ ਬੀਜ ਲੈ। ਚੱਲ ਤਾਂ ਸਾਡੀ ਯਾਰ ਹੁਣ ਚੱਲੀਏ ਫਿਰ ਆਪਾਂ ਗੁਰਦੁਆਰੇ। ਹਾਂ ਚਲੋ ਵੀਰੇ, ਚਲੋ ਚੱਲ ਚਲੋ ਭਾਈ, ਚੰਗਾ ਭਾਈ। ਜਮਲਾ 500 ਰੁਪਈਆ ਦੇਬੇ ਦਾ ਮੁੰਡਾ। ਭੂਆ? ਹਾਂ ਭੂਆ, ਮੱਝਾਂ ਕੋ ਪਾਣੀ ਪਰਾਤਾ। ਅੱਛਾ, ਤੇਰੇ ਨਾਲ ਇੱਕ ਗੱਲ ਕਰਨੀ ਹੈਗੀ। ਕਿਹੜੀ ਗੱਲ ਕਰਨੀ ਆ ਭੈਣੇ? ਖਸਮਾ ਬੋਲ। ਭੂਆ, ਮੈਨੂੰ ਤੇਰੇ ਕੋਲ ਰਹਿੰਦੀ ਨੂੰ 10-12 ਸਾਲ ਹੋ ਗਈ, ਨਾਲੇ ਪੰਜਾਬੀ ਵੀ ਬੋਲਣੀ ਆਉਂਦੀ ਹੈਗੀ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾਂਦੀ ਹੈਗੀ, ਗੁਰੂ ਘਰ ਵੀ ਜਾਂਦੀ ਹੈਗੀ, ਪਾਗ ਵੀ ਬੰਦ ਨਹੀਂ ਆ ਗਈ, ਪਰ ਪਿੰਡ ਵਾਲੇ ਹਾਲੇ ਵੀ ਮੈਨੂੰ ਭਈਆ ਭਈਆ ਕਹਿੰਦੀ ਹੈਗੀ। ਬੇ ਤੇਰੀ ਹੈਗੀ ਹੈਗੀ ਇਹ ਪੰਜਾਬੀ ਵੇ, ਪਹਿਲਾਂ ਤੂੰ ਪੰਜਾਬੀ ਪੜ੍ਹ, ਫਿਰ ਪੰਜਾਬੀ ਆਊ ਤੈਨੂੰ ਬੋਲਣੀ। ਗੱਲ ਤਾਂ ਤੇਰੀ ਪੱਕੀ ਹੈਗੀ ਭੂਆ, ਤੂੰ ਮੈਨੂੰ ਪਹਿਲੇ ਕਿਉਂ ਨਹੀਂ ਦੱਸਿਆ? ਮੈਨੂੰ ਪੜਾਉ ਕੌਣ? ਪਿੰਡ ਦਾ ਮਾਸਟਰ ਤਾਂ ਮੈਨੂੰ ਪੜਾਉਂਦੀ ਨਹੀਂ ਹੈਗੀ। ਕੱਲ ਤੋਂ ਤੂੰ ਰਾਮੇ ਦੇ ਮੁੰਡੇ ਬੁਰੇ ਪੜ੍ਹ ਜਾਇਆ ਕਰ, ਮੈਂ ਆਪੇ ਉਹਨੂੰ ਆਖ ਦੂਗੀ। ਠੀਕ ਹੈ ਵੇ ਕਮਲਿਆ, ਵੇ ਛੁਣਛਣਿਆ, ਵੇ ਤੂੰ ਵੀ ਬਣ ਜਾਏਗਾ ਪੰਜਾਬੀ, ਪਹਿਲਾਂ ਪੜ੍ਹ ਲਿਖ ਰਿਹਾ। ਠੀਕ ਹੈ, ਫਿਰ ਤੂੰ ਬਣ ਜਾਏਗਾ ਪੰਜਾਬੀ। ਹਾਂ ਚੰਗਾ ਭੂਆ, ਮੈਂ ਕੱਲ ਨੂੰ ਹੀ ਰਾਮੇ ਦੇ ਮੁੰਡੇ ਕੋਲ ਜਾਂਦੀ ਹੈਗੀ ਆ। ਰਾਮੂ ਹੁਣ ਰੋਜ਼ ਪੜ੍ਹਨਾ ਆਇਆ ਕਰੇਗਾ? ਚੱਚੇ ਕੰਨਾ ਚਾ, ਚੱਚੇ ਕੰਨਾ ਚਾ, ਚਾਚਾ ਚਾਚਾ ਕੰਨਾ ਚਾ, ਚਾਚਾ ਕੰਨਾ ਚਾ, ਚਾਚਾ। ਉਹ ਯਾਰ ਪਹਿਲੀ ਚਾਚਾ ਕਿੱਥੋਂ ਆ ਗਈ? ਚੱਚੇ ਕੰਨਾ ਚਾ, ਚੱਚੇ ਕੰਨਾ ਚਾ, ਚਾਚਾ ਚਾਚੇ ਕੰਨਾ ਚਾ, ਚਾਚੇ ਕੰਨਾ ਚਾ, ਚਾਚਾ। ਚੱਲ ਇਹਨੂੰ ਛੱਡ, ਆਪਾਂ ਗਾਹਾਂ ਬੱਬੇ ਵਾਲਾ ਪੜ੍ਹਦੇ ਹਾਂਗੇ। ਬੱਬੇ ਕੰਨਾ ਬਾ, ਬੱਬੇ ਕੰਨਾ ਬਾ, ਬਾਬਾ ਬਾਬੇ ਕੰਨਾ ਬਾ, ਬਾਬਾ ਬਾਬਾ ਨੀ, ਬੱਬੇ ਕੰਨਾ ਬਾ, ਬੱਬੇ ਕੰਨਾ ਬਾ, ਬਾਬਾ। ਚੱਲ ਇਹਨੂੰ ਛੱਡ, ਆਪਾਂ ਗਾਹਾਂ ਵਾਲਾ ਪੜ੍ਹਦੇ ਹਾਂ। ਮੰਮੇ ਵਾਲਾ, ਮੰਮੇ ਕੰਨਾ ਮਾਂ, ਮੰਮੇ ਕੰਨਾ ਮਾਂ, ਮਾਮਾ ਮਾਮੇ ਕੰਨਾ ਮਾਂ, ਮਾਮੇ ਕੰਨਾ ਮਾਂ, ਮਾਮਾ। ਯਾਰ ਪਹਿਲੀ ਮਾਮਾ ਕਿਵੇਂ ਆ ਗਿਆ? ਪਹਿਲਾਂ ਮੰਮੇ ਕਹਿੰਦਾ ਮਾਂ, ਮੰਮੇ ਕਹਿੰਦਾ ਮਾਂ, ਮਾਮਾ। ਚੱਲ ਐਂ ਕਰੀ, ਹੁਣ ਤੂੰ ਕੱਲ ਨੂੰ ਆਈ ਵਗ ਜਾ। ਠੀਕ ਹੈ, ਮੈਂ ਹੁਣ ਜਾਂਦਾ ਹੈਗੀ ਹਾਂ। ਜਾ ਭੂਆ ਜੀ, ਤੈਨੂੰ ਯਾਦ ਆ ਮੈਂ ਕਿਹਾ ਸੀ ਆਪਾਂ ਬੁੱਧਵਾਰ ਨੂੰ ਜਾਣਾਂਗੇ ਮੇਰੇ ਘਰਾਂ ਨੂੰ ਲੈਣ ਵਾਸਤੇ? ਅੱਜ ਬੁੱਧਵਾਰ ਆ, ਚਲੋ ਮੇਰੇ ਨਾਲ ਫਿਰ। ਤੂੰ ਚੱਲ ਘਰੇ,
ਮੈਂ ਤੇਰੇ ਫੱਫੜੂ ਨਾਲ ਲੈ ਕੇ ਆਉਣੀ ਆ। ਚੰਗਾ ਭੂਆ ਫਿਰ। ਸੇਰਾ ਉਦੇ ਤੂੰ ਬਿਨਾਂ ਦੱਸੀ ਵਗ ਗਿਆ ਤੀ। ਦੱਸਦਾ ਬਾਪੂ ਜੀ, ਪਹਿਲਾਂ ਇਹਨਾਂ ਨੂੰ ਮਿਲੋ। ਇਹ ਨੇ ਸਾਡੇ ਬੀਬੋ ਭੂਆ ਜੀ ਪਿੰਡ ਦੇ ਸਰਪੰਚਣੀ, ਤੇ ਉਹ ਨੇ ਸਾਡੇ ਗੋਰਾ ਭੱਟੀ ਫੁੱਫੜ ਜੀ। ਹੁਣ ਦੱਸਦਾ ਬਾਪੂ ਜੀ, ਉਹ ਦਿਨ ਮੇਰੇ ਨਾਲ ਕੀ ਹੋਈ। ਆਪਣੇ ਵੀਰੇ ਦੀ ਪੀਤੀ ਹੋਈ ਸੀ ਦਾਰੂ, ਉਹ ਤਾਂ ਮੇਰੇ ਪਿੱਛੇ ਹੀ ਪੈ ਗਿਆ। ਮੈਂ ਤਾਂ ਮਸਾਂ ਭੱਜ ਕੇ ਜਾਨ ਬਚਾਈ, ਇਸ ਕਰਕੇ ਡਰਦਾ ਮਾਰਾ ਮੈਂ ਤਾਂ ਪੰਚਾਇਤ ਲੈ ਕੇ ਆਇਆ। ਭਾਈ ਪਾਲੋ ਤਾਂ ਉਹਦੇ ਦੀ ਰੋ ਰੋ ਕਾਮਲੀ ਹੋਈ ਪਈ ਆ, ਨਾਲੇ ਧੀਆਂ ਧਿਆਣੇ ਤਾਂ ਆਪਦੇ ਸਹੁਰੀਆਂ ਸੋਭਦੀਆਂ ਨੇ। ਲੈ ਜਾ ਤੂੰ, ਆਹ ਪੰਚਾਇਤ ਲਿਆਉਣ ਦੀ ਕੀ ਲੋੜ ਤੀ। ਬੇ ਭਾਈ, ਤੂੰ ਆਪਦੇ ਮੁੰਡੇ ਨੂੰ ਸਮਝਾ, ਕਰੇ ਆਏ ਨਾ ਪਰਾਉਣੇ ਧਰਾਉਣੇ ਤੇ ਹੱਥ ਨੀ ਚੱਕੀਦਾ। ਕੋਈ ਨਾ ਜੀ, ਅਸੀਂ ਅੱਗੇ ਤਾਂ ਪੂਰਾ ਧਿਆਨ ਰੱਖਾਂਗੇ, ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ। ਨਾਲੇ ਸਾਡਾ ਮੁੰਡਾ ਦਾ ਕਾਮਲਾ ਹੈਗਾ, ਉਹਦਾ ਗੁੱਸਾ ਨਾ ਕਰਿਓ। ਕੋਈ ਗੱਲ ਨੀ, ਲੈ ਜਾਓ ਤੁਸੀਂ ਕੁੜੀ ਨੂੰ। ਪਾਲੋ, ਉਹ ਪੁੱਤ ਪਾਲੋ, ਆਹ ਬਾਹਰ ਤੈਨੂੰ ਜੀਤੂ ਆਇਆ ਲੈਣ ਵਾਸਤੇ। ਲੈ ਭਾਈ, ਹੁਣ ਤਾਂ ਅਸੀਂ ਪਾਦਲ ਨੂੰ ਲੈ ਚੱਲਦੇ ਹਾਂ, ਹੁਣ ਅੱਗੇ ਨੂੰ ਮੁੰਡੇ ਨੂੰ ਕਹਿ ਦਿਓ ਕੋਈ ਸ਼ਿਕਾਇਤ ਨਾ ਆਵੇ। ਠੀਕ ਹੈ, ਚੰਗਾ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਲੈ ਭਾਈ ਪਾਲੋ, ਜੀਤੂ ਤੈਨੂੰ ਲੈਣ ਆਇਆ ਗਾ, ਬੈਗ ਚ ਕੱਪੜੇ ਪਾਲਾ, ਵਗ ਜਾ ਇਹਦੇ ਨਾਲ। ਚੰਗਾ ਪਾਪਾ। ਚੰਗਾ ਬਾਪੂ ਜੀ, ਚੱਲਦੇ ਹਾਂ ਜੀ ਫਿਰ। ਚੰਗਾ ਚੰਗਾ ਪੁੱਤ ਪਾਲੋ, ਧਿਆਨ ਨਾਲ ਜਾਇਓ। ਸਤਿ ਸ਼੍ਰੀ ਅਕਾਲ ਜੀ। ਚੰਗੇ, ਸਤਿ ਸ਼੍ਰੀ ਅਕਾਲ, ਆ ਜਾਓ ਭਾਈ। ਕੱਕਾ ਨਾਣਾ ਕੱਕਾ ਕਣਕ, ਕੱਕਾ ਨਾਨਾ ਕੱਕਾ ਕਣਕ, ਕੱਕਾ ਮੰਮਾ ਲੱਲਾ ਕਮਲ, ਕੱਕਾ ਮੰਮਾ ਲੱਲਾ ਕੰਬਲ, ਬੱਬਾ ਲੱਲਾ ਦੱਦਾ ਬਲਦ, ਬੱਬਾ ਲੱਲਾ ਦੱਦਾ ਬਲਦ, ਮੰਮਾ ਟੈਂਕਾਰਾਰਾ ਮਟਰ, ਮੰਮਾ ਟੈਂਕਾਰਾਰਾ ਮਟਰ। ਲੈ ਰਾਮੂ, ਹੁਣ ਤੂੰ ਸਿੱਖ ਗਿਆ ਪੰਜਾਬੀ, ਰੋਜ਼ ਪੰਜਾਬੀ ਪੜਿਆ ਕਰ, ਹੁਣ ਬਣ ਗਿਆ ਤੂੰ ਪੰਜਾਬੀ। ਚੰਗਾ ਜੀ, ਹੁਣ ਤਾਂ ਮੈਂ ਬਣ ਗਿਆ ਪੰਜਾਬੀ, ਹੁਣ ਤਾਂ ਮੈਂ ਇਹ ਖੁਸ਼ਖਬਰੀ ਜਾ ਕੇ ਪਹਿਲਾਂ ਭੂਆ ਨੂੰ ਦੇਣਾ। ਲੈ ਭੋਲੇ ਭੁਈਆਂ ਵਾਲੀਆਂ ਜਾਵਲੀਆਂ, ਹੁਣ ਫੇਰ ਮਾਰੂ ਆਪਣੀਆਂ। ਜਿੱਥੇ ਦੋ ਬੰਦੇ ਦੇਖ ਲੈਂਦਾ ਉੱਥੇ ਹੀ ਪਤੰਤਰ, ਨਾ ਇਹਨੂੰ ਹਿੰਦੀ ਆਉਂਦੀ ਨਾ ਪੰਜਾਬੀ, ਭੁਈਆਂ ਵਾਲਾ ਚਾਵਲ ਮਾਰੀ। ਪੈਨੋ ਪੈ ਭਰਾਓ, ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਇਸ ਪਿੰਡ 'ਚ 10-12 ਸਾਲ ਹੋ ਗਏ ਮੈਨੂੰ ਰਹਿੰਦੇ ਨੂੰ। ਬੀਬੋ ਭੂਆ ਦੇ ਨਾਲ ਮੈਂ ਉਹਨਾਂ ਦੇ ਨਾਲ ਲੱਗ ਤੇ ਲੋਕ ਭਲਾਈ ਦੇ ਕੰਮ ਕਰਦਾ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਹਾਡੇ ਸਾਰਿਆਂ ਦੇ ਸੰਯੋਗ ਆਸ਼ੀਰਵਾਦ ਦੇ ਨਾਲ ਅਗਲੀਆਂ 14 ਵਾਰੀ ਮੈਨੂੰ ਇਸ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਤੇ ਮੈਨੂੰ ਇਸ ਪਿੰਡ ਦਾ ਸਰਪੰਚ ਬਣਾਇਆ ਜਾਵੇ। ਧੰਨਵਾਦ ਜੀ। ਵਾਹ ਬਾਈ, ਕਿਆ ਬਾਤ ਦਾ, ਬਹੁਤ ਵਧੀਆ ਪੰਜਾਬੀ ਬੋਲਦਾ, ਤਾੜੀਆਂ ਮਾਰੀਆਂ ਲਾ ਯਾਰ। ਲੈ ਵੀ ਪਿੰਡ ਵਾਲਿਓ, ਰਾਮੂ ਦਾ ਆਪਣਾ ਪੂਰਾ ਪੰਜਾਬੀ ਬਣ ਗਿਆ, ਪੰਜਾਬੀ ਬੋਲਦਾ, ਨਾਲੇ ਲੋਕ ਭਲਾਈ ਦੇ ਪਿੰਡ ਦੇ ਕੰਮ ਕਰਦਾ। ਓਏ, ਅਗਲੀਆਂ ਚੋਣਾਂ 'ਚ ਸਰਪੰਚੀ ਵਾਲੀਆਂ ਵੋਟਾਂ ਪਾ, ਰਾਮੂ ਨੂੰ ਇਹ ਪਾਵਾਂਗੇ।